بسم الله الرحمن الرحيم. مل کے صلوات پڑھو محمد کی ذات. الحمد لله رب العالمين. الصلاة والسلام على أشرف الأنبياء والمرسلين باني شريعة ذات بال بلند صلوات الذي قيل وما أرسلناك إلا رحمة للعالمين. سلام سلام. قال رسول الله صلى الله عليه وآله وسلم الحسين ابني وانا من الحسين ناري حيدر آئی دی مجلس دی ابتدا اپنی زبانی نہیں کسی دنیا دار بندے دی زبانی نہیں آئی دی مجلس دے ابتدا حدیث رسول سکلائن الحسین منی و انا من الحسین. اس علاقے والوں جتنے میرے جوان بیٹھے میں مسافر دی دعا نے اکبر دی جتی دست کا جوانی امان اللہ بانیاں نے مجلس حاضرین نے مجلس جتنے مومنین مومنات سنی اشیاء اس دربار چاہے ہو بہت بڑی دعا پہ منگا حسین امات وان کسی دا محتاج نک میں سمجھ تو سانجیو تھوڑے بچڑے دیم خدائے سخن میر بدر الغنیس بارگاہ توحید اللہ پاک نو گزارش کر کیونکہ بڑے دانات سوچے چہرے میرے سامنے ہیں خدائے سخن یعنی رب الکلام میر بابر علی انیس اللہ پاک کی بارگاہ دعا پہ مانگتے ہیں واسطہ پہ دیں توحید میر انیس گزارش پہ کرتے ہیں یا رب قسم روح جد اللہ ہے تجھے بولو جڑے بندے بول سکتے ہو محتاج تساں ایڈا سونا سنے میرے دل آج چار سطر میں پوری دوست پڑھیا میں تھی تھکنا میں کیونکہ ان کا شوق ذوق جا دستہ پہ جو میں دو سطر ہو گئی پڑھا
ਵੀ ਰਲੀਸ ਮਾਰਦਾ ਹੈ ਤੋਹੀਦ ਵਿੱਚ ਗੁਜ਼ਾਰਿਸ਼ ਕਰ ਰਹੇ ਨੇ ਕਤਰੇ ਕੋ ਰਹੀ ਨੇ ਬਹਿਰੇ ਮਵਾਜ ਨਾ ਕਰ ਕਤਰੇ ਕੋ ਰਹੀ ਨੇ ਬਹਿਰੇ ਮਵਾਜ ਨਾ ਕਰ ਬਜ਼ੁਰਗ ਸਮਝ ਗਏ ਜਵਾਨ ਸਮਝ ਗਏ ਨੇ ਬੱਚਿਆਂ ਨੂੰ ਸਮਝਾਉਣ ਦੀ ਖਾਤਰ ਪਿਆਦਾ ਨਿਰਲੀਸ ਪਿਆਦਨ ਮਾਲੇ ਪਾਣੀ ਦੇ ਕਤਰੇ ਨੂੰ ਦਰਿਆ ਦੀਆਂ ਲਹਿਰਾਂ ਦੀਆਂ ਮਿੰਨਤਾਂ ਨਾ ਕਰੋ ਕਤਰੇ ਕੋ ਰਹੀ ਨੇ ਬਹਿਰੇ ਮਵਾਜ ਨਾ ਕਰ ਸ਼ਰਮਿੰਦਾ ਏ ਅਹਲੇ ਦੌਲਤ ਹੋ ਤਾਜ ਨਾ ਕਰ ਯਾਰਬ ਕਸਮ ਏ ਰੂਹੇ ਯਦੁੱਲਾ ਹੈ ਤੁਝੇ ਇਸ ਹਾਥ ਕੋ ਇਸ ਹਾਥ ਕਾ ਮੋਹਤਾਜ ਨਾ ਕਰ ਭਾਈ ਤੁਹਾਡੇ ਸੁਣਨ ਦਾ ਇੱਕ ਮਿਆਰ ਏ ਉਸ ਮਿਆਰ ਨੂੰ ਵੇਖ ਕੇ ਜਿਹੜਾ ਕੋਈ ਆਲੇ ਮੁਹੰਮਦ ਦਾ ਬੂਆ ਪਿੰਦਾ ਏ ਜੋ ਕੁਛ ਕਰ ਬਲਾ ਵਾਲੇ ਅਤਾ ਕਰਨ ਫਖਰ ਜ਼ਰੂਰ ਹੁੰਦਾ ਜ਼ਮੀਨਾਂ ਦੀ ਆਸਮਾਨ ਮੇਰਾ ਮੁਕੱਦਰ ਬੁਲੰਦ ਆਸਮਾਨਾਂ ਦੇ ਪਸ਼ਤੋ ਕੇ ਦਾਅਵੇ ਕਰੇ ਨੀ ਕੁਰਾਨ ਦੇ ਖਤਮ ਦਾ ਸਵਾਲ ਕੁਰਾਨ ਦੇ ਖਤਮ ਦਾ ਸਵਾਲ ਦੀ ਆਸਮਾਨ ਮੇਰਾ ਮੁਕੱਦਰ ਬੁਲੰਦ ਆਸਮਾਨ ਆਦੇ ਪਸਤੋ ਕੇ ਦਾਅਵੇ ਕਰੇ ਨੀ ਉਹ ਦਲੀਲ ਦੇ ਜ਼ਮੀਨਾਂ ਦੀ ਇੱਕ ਦਿਨ ਬੜੇ ਗੁਰੂਰ ਸੇ ਕਹਿਣੇ ਜਿਹੜਾ ਜਿਹੜਾ ਕੋਈ ਪਿੰਦਾ ਹੈ ਮੁਹੰਮਦ ਵਾਲੇ ਬੈਤ ਮੁਹੰਮਦ ਨੂੰ ਜੋ ਜੋ ਕੁਛ ਅਤਾ ਕਰਦੇ ਨੇ ਫਖਰ ਕਰਦੇ ਖੜਾ ਲਿਆ ਇਹ ਚੰਨ ਕਦੇ ਹੋਰ ਨੂੰ ਦਿੱਤੇ ਤੁਸੀਂ ਚੰਨ ਮੈਨੂੰ ਪਤਾ ਹੈ ਤੁਹਾਡੇ ਕੋਲ ਟਾਈਮ ਹੀ ਨਹੀਂ ਚਲੋ ਮੇਰੇ ਆਖਣ ਤੇ ਇੱਕ ਵਾਰੀ ਤਕਲੀਫ ਜ਼ਰੂਰ ਕਰੇ ਇੰਝ ਲੱਗਦੇ ਲੱਗਦੇ ਵੇਖ ਸੋਹਣਾ ਚੌਧਵੀਂ ਦਾ ਚੰਨ ਤੇ ਚੰਨ ਚ ਇੱਕ ਨੁਮਾਇਆ ਤੌਰ ਤੇ ਦਾਗ ਨਜ਼ਰ ਆ ਸੀ ਚੰਨ ਤੁਸੀਂ ਵੇਖਿਓ ਤੇ ਤੁਸੀਂ ਦਾਗ ਦਿਓ ਜ਼ਮੀਨਾਂ ਦੀ ਆਇਆ ਮੇਰੇ ਨਸੀਬ ਪਰਚਮ ਹੁਸੈਨ ਆਇਆ ਮੇਰੇ ਨਸੀਬ
आया मेरे नसीब, बोलो बोलो, आया मेरे नसीब परचम हुसैन का, आया मेरे नसीब परचम हुसैन का। आदा पिया महताब ने कहा मेरे सीने पे दाग दिए, होता है आसमां पे भी मातम हुसैन। रुखे हैदर को ढाला उसे
इमरान कहते हैं तैयार हो इन मौला मेरा लाया ना कर
ਮਨ ਹਿੰਮਤ ਦੇਵੇ ਮੈਂ ਮਿਠਾ ਦੇਣਾ ਆਪਣਾ ਕੰਮ ਕਰ ਸਕਿਆ ਕੰਮ ਮੈਂ ਠੀਕ ਕਰਨ ਗੱਲ ਕਰ ਬੰਦਾ ਵੀ ਨੇੜੇ ਕੋਈ ਨੀ ਬਾਵੀ ਤਾਂ ਆਈ ਮੇਰੇ ਸਿਰ ਮਾਰਾ ਤੂੰ ਚਾਹੁੰਦਾ ਕਿ ਉਸ ਆਖਿਆ ਉਹ ਗੱਲਾਂ ਦੁਰਹਾ ਬੜਾ ਨਪਿਆ ਉਸ ਆਖਿਆ ਬਾਈ ਜਿਸ ਨਬੀ ਦਾ ਵੀ ਹੈ ਮੈਂ ਨਬੀ ਦੀ ਗੱਲ ਕਰ ਸਕਦੀ ਨਹੀਂ ਗੱਲ ਖੋਲ ਇਹਨਾਂ ਬੰਦਿਆਂ ਦਸ ਪਿੰਡਾਂ ਨੇ ਕਿਹੜੇ ਨਬੀ ਦਾ ਫਰਮਾਨ ਹੈ ਉਸ ਆਖਿਆ ਮੁਹੰਮਦ ਮੁਸਤਫਾ ਦਾ ਮੁਹੰਮਦ ਮੁਸਤਫਾ ਦਾ ਫਰਮਾਨ ਹੈ ਜਿਹੜਾ ਕਿਸੇ ਯਤੀਮ ਨੂੰ ਪਾ ਲੇ ਉਹਦੇ ਗੁਨਾਹ ਮਾਫ ਜੰਨਤ ਵਾ ਜਾ ਜਿਹੜਾ ਕਿਸੇ ਯਤੀਮ ਨੂੰ ਪਾ ਲੇ ਉਹਦੇ ਗੁਨਾਹ ਮਾਫ ਜੰਨਤ ਵਾ ਜਾ ਜਿਹੜਾ ਕਿਸੇ ਯਤੀਮ ਨੂੰ ਪਾ ਲੇ ਉਹਦੇ ਗੁਨਾਹ ਮਾਫ ਜੰਨਤ ਵਾ ਜਾ ਜਿਹੜਾ ਕਿਸੇ ਯਤੀਮ ਨੂੰ ਪਾ ਲੇ ਉਹਦੇ ਗੁਨਾਹ ਮਾਫ ਜੰਨਤ ਵਾ ਜਾ ਮਲਾਂਗਾ ਦਾ ਜਿਹੜਾ ਇਸੇ ਯਤੀਮ ਨੂੰ ਪਾ ਲੇ ਜਿਸ ਮੌਲਵੀ ਨੂੰ ਘਰੋਂ ਦੂਜੀ ਮੇਰੀ ਭਾਜੀ ਨੇ ਲੱਭੇ ਉਸ ਕੋਲ ਮੌਜੂ ਜਨਾਬੇ ਕਾਲੇ ਹੋਰ ਮੌਜੂ ਜਨਾਬੇ ਤਾਲਬ ਤੋਂ ਇਲਾਵਾ ਮਜ਼ੂ ਚਲਾਕੀ ਦਾ ਮਰਕਜ਼ ਮੌਜੂ ਜਨਾਬੇ ਤਾਲਬ ਮੌਲਵੀ ਆਦੇ ਮਹਾਦਲਾ ਹਜ਼ਰਤ ਅਬੂ ਤਾਲਬ ਨੂਰ ਨਾ ਜਨਾਬੇ ਅਬੂ ਤਾਲਬ ਨੂਰ ਕੋਈ ਨਾ ਰੁਖੇ ਤੌਹੀਦ ਮੇਂ ਜਿਸਨੇ ਰੁਖੇ ਹਜ਼ਰਤ ਬੁਲਾਲਾ ਹੈ ਉਸੇ ਇਮਰਾਨ ਕਰ ਅਜ਼ੀਮ ਮਜਮਾਏ ਜਿਤਨੇ ਅਹਲ ਆਲਮ ਵਾਲੀ ਬੈਠੇ ਸਰਦਾਰ ਨਾਸਰ ਖਾਨ ਦੂਜੀ ਸਤਰ ਜਿਹੜੀ ਮੈਂ ਪੜ੍ਹਨੀ ਹੈ ਪਿਓ ਦਾਦੇ ਤੋਂ ਆਜ਼ਾਦਾਰ ਹੋ ਇਹਦੀ ਕਦਰ ਚਾਹੀਦੀ ਕੀਮਤ ਚਾਹੀਦੀ ਕਿ ਹਜ਼ਰਤ ਅਬੂ ਤਾਲਿਬ ਨੂਰ ਕੋਈ ਨਾ ਆ ਮੌਲਵੀ ਤੂੰ ਸੋਚਦਾ ਜਨਾਬ ਅਬੂ ਤਾਲਿਬ ਨੂੰ ਆ ਫਿਰ ਯਾਰ ਦਾ ਮਸ਼ਵਰਾ ਮਾਨ ਜ਼ਹਿਨ ਤਿਆਰ ਹੋਵੇਂ ਮੁਹੰਮਦ ਤੇ ਕਲੋ ਕੇ ਪਿਆਦਾ ਜਹਾਨੇ ਨੂਰ ਸੇ ਪਹਿਲੇ ਅਲੀ
तक ये सब जिस का उजाला है उसे इमरान कहते हैं। मोहम्मद से मोहम्मद तक अल्लाह कर दे। नौजवान दो सत्रह पंजाबी थे पढ़िए बिच बंदे मैं बेहतर पैन मैं नंद फिर वो आदम केड़े वेले आए उर्दू वाले पास ना बेहतर कोई साले भले ही पढ़िए हम बेशक सैयदा दीता ही पर अल्लाह ताई इस दी रसाई ताग भले कई हमाशत शाई बेशक सैयदा दी गई है भले गई हमाश दिशाई बेशक सैयदा दी गई है भले गई हमाश दिशाई शरीफ लादियां मेरे मुकद्दर दी रीस करे बेशक सैयदा दी दाई पर अल्लाह ताई इस दी रसाई नहीं ताई नूं भुल गई इन्ना मदीने वाले सैयदा क्या दिते जनाबे फिजा फरमा रहे हैं Thank you.
شام ورد علی علی تو بکال جو ستا دکھا دی دلا مل ویسیا صبح شام ورد علی علی تو بکال جو ستا دکھا دی دلا مل ویسیا صبح شام ورد علی علی تو بکال جو ستا Thank you.
ਜਦੀ ਲਾਸ਼ ਪਾਵਾਂ ਕਰਾਈ ਗਈ ਜਦੇ ਪੁੱਤਰ ਜਵਾਨ ਦੇ ਅੱਖੀਆਂ ਦੇ ਤੇ ਭਾਤਮ ਕਿਹੜਾ ਬੰਦਾ ਬਰਦਾਸ਼ਤ ਕਰੇ ਸੀ ਅਗਲੀ ਸਤਰ ਕਿਹੜਾ ਬੰਦਾ ਬਰਦਾਸ਼ਤ ਕਰੇ ਸੀ ਪਵਾ ਕੇ ਮਦੀਨੇ ਦੇ ਮੂੰਹ
ਉਹ ਫਰਮਾਉਂਦੇ ਆਏ ਸ਼ਬੀਰ ਦੇ ਕਹਿਣ ਦੇ ਬਾਅਦ ਮੁਸਲਮਾਨ ਰੱਜੇ ਨਹੀਂ। ਮੈਂ ਕਿਤਨਾ ਪਰੇਸ਼ਾਨ, ਤੁਸੀਂ ਕਿਤਨਾ ਸੰਸੋ। ਸ਼ਬੀਰ ਦੇ ਕਹਿਣ ਦੇ ਬਾਅਦ ਅੱਲਾ ਦਾ ਜਹਾਨ ਰਾਜੀ ਦਮਰੀ ਨੇ, ਅੱਲਾ ਦਾ ਜਹਾਨ ਰਾਜੀ ਦਮਰੀ। ਅਲਾਮਾ ਫਰਮਾਇਦੇ ਮੇਰੇ ਕੁੱਠਿਓ ਇਮਾਮ ਦਾ ਸਰ ਚਾ ਕੇ ਸ਼ਿਵਾ ਤ੍ਰੈ ਵਾਰੀ ਉੱਥੋਂ ਗੁਜ਼ਰਿਆ ਜਿੱਥੇ ਉਮਰ ਬਲੀਨ ਦਾ ਪੁੱਤਰ ਸੁੱਤਾ ਪਿਆ। ਰਾਜੀ ਦੀ ਲਾਸ਼ ਤੜਕੀ, ਇਮਾਮ ਫਰਮਾਇਦੇ ਨਾ ਬਾਸ ਸਲਾਮਤ ਮੈਂ ਕਿਤਨਾ ਛੁਪਾ ਕੇ ਪਿਆ, ਉਹ
اس وقت تک پھرا دی لاش نہیں چھوڑی جتنے تھوڑی لباس ترن جی گل کی اس پرانے بندے جلے بیٹھے بی ظالم وے میں کو شام دی طرف نٹھو بی ظالم کرے اللهم صل محمد وعلى